अस्सलामु अलैकुम। जहाँ भी होंगे खुश होंगे, आबाद होंगे, हंसते और मुस्कुराते होंगे। चलो आज का भी व्लॉग करते हैं शुरू। व्लॉग शुरू करने से पहले मेरे अदील वाली व्लॉग को सब्सक्राइब, लाइक, शेयर, कमेंट जरूर कर दिया करें। पंप खराब हो गया है, आवाज़ देना पे बैरंग बदलने ने कि चाचू जान हूँ आए ने तो हूँ बैरंग बदलना लगे। पंप खोल दे पे खोल लिया है। तेरा है, बारह नंबर आया जी। चाबी आई तेरा नंबर? चाबी थोड़ा भला बारह नंबर कितने भाई भला लग गया है। एक नट ने बड़ा तंग किया, अजे खोलते नहीं पिया, हूँ वड्डन लगे। सारे खोल लेने के के अच्छा जी टप गया खोल है। थोड़ा नट का की करना यही तो स्यापा प्या नट के तो बड़े पे चलो कोई करा दे नट का। अदरक जरा खोलते नहीं पिया, बड़ा ढेर लाया है। कन्ना वालियाँ भी बड़िया लाइया ने नटते पर खोलते ही नहीं। एक मिनट ठहरे ठहरे हाँ जी ठीक हो जाना। कपड़ा हाँ कपड़ा पोला पोला उठ करी गया जोर लाया जी नट खुला ही नहीं। भाजी तुम रह ब्लेड ना टूटे है कितनी देर में गया चलो मैं सेट कर लूं। ओए मम्मी ला दो ला ला जान तो जान ला दे नट खोल दस दिन कर नहीं पैना ये नहीं बड़ा ही है नहीं है मिस्त्री मैं ये बड़ा ही दस की चाबी इतने पई होनी पी तेरे पैर थी अरे दस दी पा हाँ तोड़े मारी मुड़े यार प्लास कट दिए रेंच काला हो गया इतना डॉक्टर आया कितने आया नहीं पंपाला डॉक्टर मिस्त्री गाड़ दिया असला जी मैं नट तोड़िया होना इधर तो गर्मी भी लगन लग पी बारिश अगे पई बहुत ज़्यादा बदल बने समान वेखो जी जी थोड़ी पहचान च है ना वो फाड़ के ना अपनी अपनी छावा सही कर दो
ਬਾਕੀ ਆਹ ਡੋਰ ਲਾਉਣ ਵਾਲੀ ਮਸ਼ੀਨ ਹੈ ਨਾ, ਆਹ ਥੋੜ੍ਹੇ 'ਚ ਵੀ ਹੈ ਵੇ ਕੁਛ ਨਾ ਕੁਛ ਜੈਨ ਜੀ ਹੁਣ ਪੇਨ। ਬਾਕੀ ਆਹ ਸੈੱਲ ਪਿਆ ਚਾਚੂ ਜਾਣ ਖੋਲਦੇ ਬਦਲ ਮੀਂਹ ਕਿੱਥੇ ਪੈ ਰਿਹਾ ਮੀਂਹ ਪੰਜਾਬ 'ਚ ਪੰਪ ਬਣਾ ਲਿਆ ਕਿਹੜਾ ਪਾ ਕੇ ਜਾਣ ਪੰਪ ਪਾਰੋਂ ਡੱਕਿਆ ਘੰਟਾ ਤਾਂ ਲੱਗ ਹੀ ਗਿਆ ਖੋਲਣ ਤੇ ਹੈ ਘੰਟਾ ਤਾਂ ਖੋਲਣ ਤੇ ਲੱਗ ਪੰਪ ਇੰਜ ਕਰਦਾ ਤੈਨੂੰ ਪਤਾ ਕੀ ਇੰਨਾ ਟਕਾਬਲੇ ਜਿਹੜੇ ਨਾ ਗਲਤ ਨੇ ਉਹਦੀ ਵਜ੍ਹਾ ਟਾਈਮ ਤਾਂ ਲੱਗਦਾ ਹੀ ਨਾ ਫਿਰ ਇਹ ਪੰਪ ਫਿਰ ਮਿਠਲਾ ਸੀ ਮੈਨੂੰ ਖੁੱਲ੍ਹਾ ਸ਼ਾਮ ਆ ਫਿਰ ਮੈਂ ਜਦੋਂ ਹੱਥ ਵੇਖੀ ਨਾ ਉਦੋਂ ਮੈਂ ਫਿਰ ਅਮਨ ਜੀ ਅਸੀਂ ਵਾਰ 'ਚ ਦਾਖਲ ਕਰਾਉਣਾ ਨਹੀਂ ਖੁੱਲ੍ਹਾ ਨਹੀਂ ਹੈਗਾ ਆਹੋ ਨਯਾ ਕਰਨੇ ਆ ਪਾਲਿਸ਼ ਮਾਰ ਦਿੰਦੇ ਇਹ ਕੀ ਯਾਦ ਰੱਖੇਗਾ ਬੈਲੰਗ ਦੋਵੇਂ ਜੰਗਾਲੇ ਪਏ ਨੇ ਗੜਮ ਬੜੀ ਹੋਇਆ ਚੱਲਦਾ ਹੋ ਰਿਹਾ ਬੈਲੰਗ ਸਹੀ ਜੇ ਖੜਾਬ ਥੱਲੜਾ ਖੜਾਬ ਟੁੱਟ ਗਿਆ ਠੀਕ ਹੋ ਗਿਆ ਠੀਕ ਹੈ ਪਹਿਲੇ ਦੱਸ ਦੇ ਹਾਂਜੀ ਹਾੜੀ ਨਾਲ ਤੋੜਿਆ ਤੇ ਹੁਣ ਜਾਂਦੇ ਆ ਦੁਕਾਨ ਤੇ ਬਾਰਿਸ਼ ਪਈ ਜੇ ਬੱਦਲ ਹੜੇ ਵੀ ਬਣੇ ਨੇ ਕਾਫੀ ਜ਼ਿਆਦਾ ਤੇ ਚਿੱਕੜ ਹੋ ਗਿਆ ਬਜ਼ਾਰਾਂ 'ਚ ਕਾਫੀ ਜ਼ਿਆਦਾ ਬਣੇ ਨੇ ਤੇ ਚਿੱਕੜ ਕਾਫੀ ਜ਼ਿਆਦਾ ਹੋ ਗਿਆ ਜੇ ਨਟ ਤੇ ਕਾ ਦੇ ਦੇ ਪੰਪ ਇੱਕ ਸੀਲ ਹੋ ਗਈ ਹਾਂ ਤੇ ਇੱਕ ਨਟ ਬੱਤੀ ਗਈ ਚਲੀ ਆ ਬਾੜਾ ਦਸ ਦਾ ਕੰਪਰੈਸਰ ਠੀਕ ਹੋ ਗਿਆ ਆ ਲਓ ਫਿਰ ਰੱਖ ਡੱਬਾ ਇੱਕ ਤੋਂ ਦੋ ਤਿੰਨ ਮਾਲ ਲਿਆ ਅੱਜ ਚੱਲਦੇ ਹਾਂ ਹੁਣ ਘਰ ਜਾ ਕੇ ਮਿਲਦੇ ਹਾਂ ਅਤੇ ਜੇ ਆਉਣਾ ਪਿਆ ਇੱਕ ਬੱਚਾ ਮਿਲਿਆ ਹੈ ਹੁਣ ਕਿਤੇ ਵਲੋਗ ਵੇਖਿਆ ਜਾਂਦਾ ਸੱਟਾਂ ਲੱਗੀਆਂ ਇਹਨੇ ਨਾ ਸਮਾਨ ਲਿਆ ਕੇ ਦੇ ਦਿੱਤਾ ਹੁਣ ਡਾਕਟਰ ਸਾਹਿਬ ਨੂੰ ਆ ਵੇਂਦਾ ਪਿਆ ਜਾ ਸਿੱਖਣੀ ਨਹੀਂ ਲੱਗਦੀ ਚੇੜ ਕਿਨੇ ਜੀ ਹੈ ਚੇੜ ਕਿਨੇ ਪਤਾ ਨਹੀਂ ਲੈਣ ਪੈਸੇ ਕਿੰਨਾ ਲੈਣਾ ਤੈਨੂੰ ਕੁਛ ਹੋਇਆ ਤੈਨੂੰ ਕੁਛ ਡੇਢ ਸੌ ਦੀ ਅੱਗੋਂ ਆਪ ਹਿਸਾਬ ਲਾ ਕਿੰਨੇ ਕਿੰਨੇ ਦੀ ਉਹ ਦਾ ਉਹ ਦਿੱਤਾ ਹੋਣਾ ਨਹੀਂ ਜੀ ਡੇਢ ਸੌ ਦਾ ਨਾਟ ਵੀ ਦਿੱਤਾ ਹੋਣਾ ਦਸਾਵੀਆਂ ਦਾ ਮੁੱਲਾ ਵਾਸਤੇ 300 ਉੱਤੇ ਹੋਣਾ ਨੇ ਪੈਸੇ ਭਾਈ ਕੱਪੜੇ ਚੇਂਜ ਕੀਤੇ ਨੇ ਅਤੇ ਧੁੱਪ ਲੱਗ ਗਈ ਜੇ ਅੱਗੇ ਵਾਹਵਾ ਬੱਦਲ ਬਣੇ ਸੀ ਅਤੇ ਪੰਪ ਸਹੀ ਕਰ ਦਿੱਤਾ ਅੱਗੇ ਕਾਫੀ ਆਵਾਜ਼ ਦਿੰਦਾ ਸੀ ਅਤੇ ਇਹ ਸੀ ਮੇਰਾ ਅੱਜ ਦਾ ਬਲੌਗ ਹੈ ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੇ ਮੇਰੇ ਚੈਨਲ ਅਦੀਲ ਵੀ ਲਈ ਵਲੋਗ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਅਤੇ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਮਿਲਾਂਗੇ ਅਗਲੇ ਵਲੋਗ 'ਚ ਨੈਕਸਟ ਵਲੋਗ 'ਚ ਤਦ ਤੱਕ ਕੇ ਲਈ ਅੱਲਾ ਹਾਫਿਜ਼।